ਜੀਵਣੀ ਹੈ ਭਾਈ ਦਾ ਹੁਕਮ ਹੈ ਅਤੇ ਮੈਂ ਖਾਲੀ ਨਹੀਂ ਮੋੜ ਸਕਦਾ ਕਿਉਂਕਿ ਬੰਦੇ ਉੱਥੇ ਡਿਊਟੀ ਲੈਣੀ ਹੁੰਦੀ ਹੈ ਜਿੱਥਾਂ ਮਾਂ ਸ਼ਬੀਰ ਦੀ ਡਿਊਟੀ ਬੰਦੇ ਦੀ ਲੈਣੀ ਹੈ ਹੁਸੈਨ ਅਕਬਰ ਭਾਈ ਅਸ ਮੈਂ ਨਾ ਕਰਾਂ ਮੈਂ ਲੱਖ ਦਫਾ ਮੈਂ ਹਜ਼ਾਰ ਦਫਾ
ਨਾ ਲੱਗ ਤਲਵਾਰਾਂ ਸੱਟ ਕੇ ਆਦਨ ਉਮਰ ਅਬਰਾ ਸਾਦਾ ਤੈਂ ਧੋਖਾ ਕੀਤਾ ਹੈ ਤੈਂ ਆਕੇ ਬਾਗੀ ਨਾਲ ਜੰਗੇ ਤੈਂ ਤਾਂ ਸਾਗੀ ਮੁਹੰਮਦ ਨਾਲ ਲੜਾਇਆ ਅਲਮਾਨ ਅਲਮਾਨ ਯਾ ਸੈਦਾ ਇਤਨੇ ਮਾਤ ਮੇਰੇ ਦਾਰੋ ਰਾਜ਼ੀ ਰਵਾਏ ਟਾਈਮ ਥੋੜੇ ਲੇਕਿਨ ਕੋਸ਼ਿਸ਼ ਕਰੇ ਸਾਂ ਰਿਵਾਇਤਾਂ ਬੱਚੇ ਆਲੇ ਆਲੇ ਤੁਹਾਡੇ ਮਿਲਾਜ ਤੋਂ ਮੈਂ ਵਾਕਿਫ ਹਾਂ ਬੜੀ ਔਖੀ ਸ਼ਹਾਦਤ ਹੁਸੈਨ ਦੇ ਅਕਬਰ ਦੀ ਜਿਹੜੇ ਮਾਂ ਪਿਓ ਜਵਾਨ ਔਲਾਦ ਦੀ ਸ਼ਾਦੀ ਦੀ ਖਾਹਿਸ਼ ਰੱਖਦੇ ਹੋ ਸ਼ਾਲਾ ਆਈ ਦੇ ਦੀਨ ਸਦਕਾ ਤੁਹਾਡੇ ਪੁੱਤਰ ਸੇਰੇ ਭਾਵੇਂ ਜਿਹੜੀਆਂ ਭੈਣਾਂ ਬਿਰਾਵਾਂ ਦੇ ਸੇਰਾਂ ਦੇ ਸ਼ੌਕ ਰੱਖਦੀਆਂ ਸ਼ਾਲਾ ਤੁਹਾਡੇ ਬਿਰਾਵ ਸੇਰੇ ਭਾਵੇਂ ਮੁਕੱਦਰ ਸੁਗਰਾ ਦਾ ਜਿਹੜੀ ਵਤਨ ਦੇ ਇੰਤਜ਼ਾਰ ਕਰੇ ਨਹੀਂ ਰਹੀ ਜਿਹੜੀ ਆਦੀ ਆਈ ਅਕਬਰਾ ਮੈਂ ਕੋ ਤੁਹਾਡੇ ਸੇਰਾਂ ਦਾ ਸ਼ੌਕ ਆ ਅਲਮਾਨ ਅਲਮਾਨ ਯਾ ਸੈਦਾ ਬਹੁਤ ਸੋਹਣਾ ਪੁੱਤਰ ਆਈ ਹੁਸੈਨ ਦਾ ਅਲੀ ਅਕਬਰ ਇਤਨਾ ਸੋਹਣਾ ਹਾਈ ਭਾਈ ਨਾਸਰ ਉਤਨਾ ਬਾਬੇ ਕੋ ਪਿਆਰਾ ਹਾਈ ਅਗਰ ਹਾਏ ਕਰ ਜੋੜ ਜਿਤਨਾ ਬਾਬੇ ਕੋ ਪਿਆਰਾ ਹਾਈ ਉਤਨਾ ਔਖਾ ਉਮਤ ਜ਼ੀਨ ਤੋ ਲਹਾਏ ਅਲਮਾਨ ਅਲਮਾਨ ਯਾਰ ਤੇਰੇ ਮਜ਼ਾ ਵਿੱਚ ਮਾਤਮ ਜਰੇ ਲੈ ਅੱਜ ਨਾ ਰੋਸੇ ਮਤ ਕਦਾ ਰੋਸੇ ਅੱਜ ਦਾ ਮੁਹਰਮ ਹੈ ਇਤਨੀ ਤਾਕਤ ਬੱਚੀ ਹੋਈ ਹੈ ਹੁਸੈਨ ਦੇ ਅਕਬਰ ਦੀ ਗੁਰਬਾਤ ਤੇ ਰੋ ਲੈ ਅੱਲਾ ਜਾਣੇ ਆਂਦੇ ਸਾਲ ਕਿਹੜੀ ਅੱਖੋ ਸੀ ਸਾਡੇ ਦਰਮਿਆਨ ਕਿਤਨੇ ਲੋਕ ਪਿਛਲੇ ਸਾਲ ਹੈ ਅੱਜ ਸਾਡੇ ਕੱਟੇ ਸਫ਼ ਤੇ ਕੋਈ ਨਹੀਂ ਅੱਜ ਜਵਾਨ ਮਾਤਮੀਓ ਰੱਜ ਕੇ ਹੁਸੈਨ ਦੇ ਅਕਬਰ ਦੇ ਮੁਕਾਮ ਦੀ ਵਾਏ ਮੈਂ ਕਿ ਬਹੁਤ ਸੋਹਣਾ ਪੁੱਤਰ ਹੈ ਹੁਸੈਨ ਦਾ ਅਲੀ ਅਕਬਰ ਮਾਤਮੀ ਦਾ ਦਾਰੋ ਜਿਤਨਾ ਸੋਹਣਾ ਹੈ ਉਤਨਾ ਬਾਬੇ ਨੂੰ ਪਿਆਰਾ ਹੈ ਇਤਨਾ ਬਾਬੇ ਨੂੰ ਪਿਆਰਾ ਹੈ ਉਤਨਾ ਔਖਾ ਉਮਤ ਜ਼ੀਨ ਤੋ ਲਹਾਏ ਅਰ ਦਾਰੋ ਮਾਤਮੀਓ ਦੋ ਅਜ਼ਾਨਾ ਇਨਾ ਅਲੀ ਦੀਆਂ ਧੀਆਂ ਦੇ ਪਰਦੇਸ ਚ ਵਾਲ ਫੁਲਾਏ ਇੱਕ 19 ਦੀ ਸ਼ਾਇਰੀ ਮਸਜਿਦ ਕੂਫਾ ਅਲੀ ਦੀ ਅਜ਼ਾਨ ਅਜ਼ਾਦਾਰ ਹੋ ਦੂਜੀ 61 ਜਰੀ ਦਾ ਮੁਹਰਮ ਦੀ ਸੁਬੋ ਅਲੀ ਅਕਬਰ ਦੀ ਅਜ਼ਾਨ ਜਿਹੜੇ ਦਰਜਾਤ ਬੁਲੰਦ ਹੋਵੇ ਮੇਰੇ ਬਾਬਾ ਮਰਹੂਮਾ ਜੀ ਆਸ਼ਿਕ ਹੁਸੈਨ ਕਿਆਮਤ ਦੇ ਉਹ ਪੜ੍ਹਦੇ ਆਉਂਦੇ ਹਨ ਜਿਹੜਾ ਅਲੀ ਅਕਬਰ ਕੋਲ ਦਸਤੇ ਅਜ਼ਾਨ ਤੇ ਆਏ ਉਹ ਪੜ੍ਹਦੇ ਹਨ ਤੁਹਾਡੇ ਤੇ ਸਵਾਲ ਕਰਦਾ ਅਜ਼ਾਨ ਦੇਵਣ ਤੋਂ ਪਹਿਲੇ ਵਜ਼ੂ ਕੀਤਾ ਵੈਂਦੇ ਕਰਬਲਾ 7ਵੀਂ ਦਾ ਪਾਣੀ ਬੰਦਾਈ ਅਲੀ ਅਕਬਰ ਵਜ਼ੂ ਕਿਵੇਂ ਕੀਤਾ ਹੈ ਅਜ਼ਾਦਾਰ ਤਯੰਮਮ ਕਰਕੇ ਅਲੀ ਅਕਬਰ ਗੁਲਦਸਤੇ ਅਜ਼ਾਨ ਤੇ ਆਏ ਪਹਿਲਾ ਲਫ਼ਜ਼ਾ ਕੈਸਾ ਅੱਲਾਹੁ ਅਕਬਰ ਇਵੇਂ ਜੋ ਬੀਬੀਆਂ ਕੁਰਾਨ ਬੈਠੀਆਂ ਪੜ੍ਹਦੀਆਂ ਹਨ ਕੋਈ ਸੂਰਹ ਯਾਸੀਨ ਕੋਈ ਸੂਰਹ ਮੁਜ਼ੰਮਿਲ ਕੋਈ ਸੂਰਹ ਤਾਹਾ ਕੋਈ ਸੂਰਹ ਆਲ ਇਮਰਾਨ ਅਕਬਰ ਦੀ ਮਾਂ ਇੱਕ ਇੱਕ ਦੇ ਸਾਹਮਣੇ ਹੱਥ ਵਧੀ ਜੁੜੇਦੀ ਹੈ ਆਦੀ ਮਾਈਆਂ ਠੱਪੋ ਚਾ ਕੁਰਾਨ ਉਹ ਮੇਰੇ ਅਕਬਰ ਦੀ ਆਖਰੀ ਆਜ਼ਾਨ ਸੁਣ ਲਓ ਉਹ ਦੇਹ ਚੜ ਵੰਜਣਾ ਹੈ ਮੇਰੇ ਅਕਬਰ ਲਹਿ ਵੰਜਣਾ ਹੈ ਅਲਮਾਨ ਯਾ ਸੈਯਦਾ ਯਾ ਸੈਯਦਾ ਹੌਸਲੇ ਨਾਲ ਮਾਤ ਮਿਲਦਾਰੋ ਕਿਤਨੇ ਮੁਕਾਨੀ ਆਏ ਬੈਠੇ ਹੋ ਮਾਤ ਮਿਲਦਾਰੋ ਸਭ ਤੋਂ ਪਹਿਲਾ ਜਵਾਨ ਬਣੀ ਹਾਸ਼ਮ ਸ਼ਹੀਦ ਅਲੀ ਅਕਬਰ ਹੈ ਕਿਉਂਕਿ ਮਾਵਾਂ ਦੀਆਂ ਝੋਲੀਆਂ ਤੋਂ ਮਸਾਇਬ ਸੁਣਨ ਲੱਗੇ ਹੋ ਅਜ਼ਾਦਾਰੋ ਮਹਿਮਾਨ ਮਾਰੇ ਗਏ ਤੇ ਬਾਬੇ ਦੇ ਕੋਲ ਆ ਖੜੇ ਅਦੇ ਬਾਬਾ ਮੈਂ ਕੋ ਮੌਤ ਦੀ ਇਜਾਜ਼ਤ ਸੈਦ ਆਦੇ ਤੂੰ ਤਾਂ ਮੇਰੇ ਨਾਨੇ ਦੀਆਂ ਸ਼ਕਲਾਂ ਆ ਰਹੇ ਹੈ ਅਕਬਰ ਤੇਰੇ ਜੇ ਪੋਤਰੀ ਮੌਤ ਤੁਰੀਂਦੇ ਨੇ ਅਦੇ ਬਾਬਾ ਮੇਰੇ ਜਿੰਦੇ ਆ ਤੇ ਲੋਕ ਤੈਨੂੰ ਤਾਨੇ ਮਾਰੇ ਬਾਬਾ ਮੈਂ ਕੋਈ ਇਜਾਜ਼ਤ ਦੇ ਸੈਦ ਆਦੇ ਆ ਅਕਬਰ ਵਰਤੇ ਕੋ ਕਫਨ ਪਵਾਵਾ ਮੈਂ ਤਾਂ ਹੌਸਲੇ ਹੁਸੈਨ ਦਾ ਜਾਏ ਅਕਬਰ ਜਾਏ ਪੁੱਤਰ ਨੂੰ ਕਫਨ ਪਵਾਏ ਅਲਦਾਰੋ ਮਾਤਮੀ ਲੈ ਆਏ ਖੈਮਾ ਦੇ ਦਰ ਤੇ ਭਾਈ ਗੁਲਾਮ ਰਜ਼ਾ ਸੱਜਾ ਪਾਸਾ ਕਮੀਜ਼ ਦਾ ਪਾੜੇ ਮਾਂ ਖੈਮਾ ਦੇ ਦਰ ਤੇ ਦੇਦੀ ਰਹੀ ਖੱਬਾ ਪਾਸਾ ਕਮੀਜ਼ ਦਾ ਪਾੜੇ ਭਾਈ ਨਾਦਰ ਮਾਂ ਖੈਮਾ ਦੇ ਦਰ ਤੇ ਦੇਦੀ ਰਹੀ ਹੁਸੈਨ ਕਮਰ ਬੰਦ ਬਧਾਏ ਮਾਂ ਦੇਦੀ ਰਹੀ ਅਲਦਾਰੋ ਗਰੀਬ ਪੱਗ ਦੇ ਪੇਚ ਵਲੈਂਦਾ ਏ ਮਾਂ ਦੇਦੀ ਰਹੀ ਨਿਆਜ਼ ਹੁਸੈਨ ਦਿਖਾਏ ਮੇਰੇ ਪਾਸੇ ਗਰੀਬ ਤਾਤੁਲ ਹਨਕ ਵਲਾਈਏ ਪੜਦਾ ਕਾਲ ਇਨਾ ਲਿਲਾਹ ਇਤਨੇ ਮਾਤਮੀ ਅਦਾਰ ਆਏ ਬੈਠੇ ਹੋ ਗਰੀਬ ਅਤੇ ਅਕਬਰ ਤੇ ਸਵਾਰ ਕਰਾਵਾ ਸੋ ਸੋ ਜੁਮਲਾ ਉਹ ਬੰਦਾ ਬੇਸ਼ੱਕ ਨਾ ਰੋਵੇ ਜਿਹੜਾ ਤੇ ਮੇਰੇ ਸੀਨੇ 'ਚ ਪੱਥਰ ਦਾ ਦਿਲ ਨੇ ਉਹ ਲਫ਼ਜ਼ ਪੱਥਰ ਹੀ ਰੋ ਪਵੇ ਮਾਤਮੀ ਅਦਾਰੋ ਗਰੀਬ ਘੋੜੇ ਦੀਆਂ ਰਕਾਬਾਂ ਨਾ ਪੀਣ ਅਲੀ ਅਕਬਰ ਦੀਆਂ ਅਦਾਰੋ ਅੱਖਾਂ 'ਚੋਂ ਨੀਰ ਲੁੜੇ
गरीब आदर रोंदा क्यों है आदे पापा मैं कोई शर्म मानद है सही आदे क्यों शर्म मानद है आदे पापा हाथ तो बनता है मैं रकाबा न पा तू सवार हो तेरी चिट्टी दाढ़ी है 57 साल दा सामने मैं 18 साल दा कड़ी अल्लाह सुन सो जुमला सही आदे चढ़ा कहया कहीं अकबर समझ के पिया चढ़ा ना चढ़ा ते को नाना मोहम्मद समझ के पिया अल्लमान अल्लमान यार जड़े सुन्नी हजरात फुर्सत दे मड़ाए बैठे हो तारे ते मोहम्मद दी धी राजी होवे मातमे दारो अली अकबर घोड़े ते सवार हो जाए इतने अलादार है बैठे हो बड़ी औखी शहादत है हुसैन दे अकबर दी मातमे दारो कोशिश करदा चंद रिवायत सुना छोड़ा अली अकबर होए घोड़े ते सवार फरमान अकबर वन खयाम विच विदे करा मेरे बाबे और पढ़दे आया घोड़े ते चढ़ के अकबर हे जींदा इंज लगदा है अकबर नहीं अकबर दा जनाजा है कै पासो हक्का लांदी है सजी रकाब बचा मेनो दाढ़ी चुमा तरी पालण वाली मां कै पासो हक्का लांदी है खबी रकाब बचा मैं कुसीना चुमा मातमे दार हे केक नो मिलदा होया उठे आए जिते सैयद सज्जाद बिस्तरे बीमारी ते सुता होया आए अलदार मातमियो आज हुसैन दी शहादत तो बाद घर च न टुर वने मातमी अलदार हुसैन दी शहादत होनी है सज्जाद मुहर्रम शुरू होना है बीमार फिरा दिया तलियां दा अकबर बोसा ले आए मातमियो अख खुल गई है सज्जाद रिठे ता अकबर कफन पाई खड़ा है अदे वीर मैं सुतो या हैं ते को कफन कहीं पवाया है अदे सज्जाद मैं को कफन बाबे पवाया है इस जुमले ते मुल्क च मेरे हिस्से दिया मजलसा मुकम्मल होइया अगर वजे हले आए न करन वत कायनात ते लफ्ज कहीं नहीं सुनना अदे मैं को कफन बाबे पवाए अदे अकबर तू छोटा मैं बड़ा अपना कफन मैं को दे मेरा लिबास तू पा तू बिस्तर ते शाम मैं मैदान में ना भाई गुलाम रजा जेडा जवान आई दो हाथ सजाद दे कदमा ते आए अदे नहीं सजाद मैदान दी बर्ची सोखी है ओ मामा नाल कदे उस बाजार ओ शराबी दा दरबार नौन अल्लमान या सैयदा मैं नौ करा मैं नौ करा भाई थोड़ा आवाज दे जितना हो सकते मां हुसैन दी राजी होई थोड़ा इको दे मत मेरे दार वादे नहीं सजाद फुफिया नाल शराबी दा दरबार मेरी गैरत बर्दाश्त नहीं करदी जेड़े अकबर दे मातमी आए बैठे हो जेड़ी रूहानी ते अदादार अकबर दी मां परदेदार च मु पान चलण आई बैठी अदादार मातमी ओ पालण वाली मां भी चलण आई बैठी है और मातमे दा दार 57 साल दा बुढ़ड़ा पुत्र दी मुकान चलण आया बैठा मातमी अदादार जदा सैयद सजाद रिठना अकबर कफन नहीं लेंदा आदे बाद माशर नो होसी मुलाकात भिरा भिरा दी कमर दा जोड़ो है जेड़े भिरा बैठे और शल तोरे जोड़ सलामत होवे मैं तुमियो सैयद सजाद मैं नौ करा भिरा भिरा दी कमर दा जोर होंदे नजर दार अकबर ते सजाद एक बई दे गल च पातियां बाही इतने मातमी अजादार आए बैठे हो कांड पिछो हाथ बज गए इतना रुने अकबर ते सजाद टुटियां हाथ छुड़ेंदियां नहीं छुड़ेंदे मामा छुड़ेंदियां नहीं छुड़ेंदे एक एक परदादार कोशिश की थी हाथ नहीं छुड़ेंदे यो मंदर हुसैन दी 4 साल दी तस्सी भी बिठाए उठे आई है जिते गरीब कब्जे तलवार ते मत्था रखी बैठाई आदि बाबा भाजा या सजाद मर वैसिया अल्लमान यार कदम मातम करे से हज ना मुहर्रम अल्लमान अल्लमान तेरे मजहब च मातम जाए दे यार आदि बाबा जल्दी आ मां उस हौसले नाल इतने अदादार आए बैठे हो बात मेरा दारो शब्बीर जल्दी दे नाल दौड़े अमामा खोल के गल चाहे अदादार मातमियो सुन सो जुमला दर्जात बुलंद होवन हाफिज हसनैन दे ओ पढ़दे होंदे हन गरीब एक हाथ अकबर दे सीने ते यार अमीर बंदे जेड़ा ते हाई नहीं निकले अदादार दूजा हाथ सज्जाद दे सीने ते रखा है अदादार दुहा भिरामा नो गरीब छुड़ा के आदे छोड़ो मैंनी अपनी किस्मत अल्लमान अल्लमान गरीब किस्मत वैन खड़ा करे अल्लमान अल्लमान कितने अदादार हाय करके रोंदे पयो मातमी बड़ी सौखी जन्नत गरीब कर छोड़ी अपनी हर शे लुटा के एक आंसू दे
जन्नत में छोड़े इतने ज़दार है बैठे हो हुसैन ज़दार के नाम रोमन ना भी हाज ना भी मैं नौ करा यार केदा करीम हुसैन है ते अपना सारा घर लुटा के ते को जन्नत में छोड़ी है अल्लमान अल्लमान या सैयदा माँ हुसैन ज़दार हो जितने ज़दार है बैठे हो ज़दार सैयद सजाद को मिलन को बाद میری ذاتری شہزاد اہل اکبر دے مضمون اک بھائی غلام رضا اس تو لکھا جملہ کو نہیں بچے آلے آلے حسین دا ذاکرہ اگے مرضی نال سنائی ہن ماتم ہی کریں ہائی کریں روئی پویں عزادار علی اکبر خیمے چ گزرن لگے عزادار ماتم ہو یا گھوڑ دے قدم روکن اکبر آتے نا بھی ترنا راتی دساویں ہاں اپنی بولی چ بول کے آتے میری مجبوری بن گئی ہے میرے قدماں والے پاسے حسین دے مکانیو مات ملدارو علی اکبر گھوڑے دے سوار ہوئے حسین وقت جارا لیکن ستارہ ودے حسین دے علی اکبر نال اور عزدارہ سکن کیتے ہوئے مات ملدارو گھنہ سن راج کے مکانہ دے سو دے لے میں آنکھاں تو گھنہ سن مات ملدارو علی اکبر گھوڑے دے سوار ہوئے عزدارہ ماتمی حسین دے ستارہ ودے اکبر نال عزدارہ میدان تو رہے عزدارو ترند ہا یا شبیر نال دوڑ پھوندائی اکبر آدے بابا یا ٹور نہیں یا نال نہ دھوڑ سیاد آدے کیوں اکبر آدے بابا توں ٹر دائیں توں جھڑ دائیں نو اللہ کا حسد اللہ مان یار کربلا بن گئی اللہ مان کیڑا بندے کیڑا نام حرم نزاکر دباؤ میں نو کرا I'm
जल्दी
ਆਲੇ ਵਾਲੇ ਕਿਤਨੇ ਮਾਤਮੀ ਅਜ਼ਾਦਾਰ ਆਏ ਬੈਠੇ ਹੋ ਜਿਹੜਾ ਸ਼ਬੀਰ ਪੁੱਤਰ ਨੂੰ ਖੈਮਾ ਦੇ ਦਰ ਤੇ ਗਿਣ ਆਏ ਅਜ਼ਾਦਾਰ ਆਖਰੀ ਵਾਰ ਪੜਨ ਲੱਗਾ ਵਾਰੀ ਕੇ ਮਕਾਨ ਦਿਵਾਏ ਮਾਤਮੀ ਅਜ਼ਾਦਾਰ ਤਵੱਜੋ ਮੇਰੇ ਪਾਸੇ ਜਿਹੜਾ ਅਕਬਰ ਦੀ ਮਾਂ ਆਈ ਅਦੀ ਹੁਸੈਨ ਅਬਾ ਹਟਾ ਜਿਹੜਾ ਹੁਸੈਨ ਅਬਾ ਹਟਾਈ ਸਾਂਗ ਟੁੱਟੀ ਹੋਈ ਆਈ ਆਦੀ ਹੁਸੈਨ ਕੱਢਦਾ ਕਿਉਂ ਨਾ ਹੈ ਸਯਾਦਾ ਦੇ ਮੈਂ ਕੱਲੇ ਦਾ ਕੰਮ ਨਹੀਂ ਹੈ ਆਦੀ ਗਾਜ਼ੀ ਬੁਲਾ ਸਯਾਦਾ ਦੇ ਗਾਜ਼ੀ ਦਾ ਕੰਮ ਨਹੀਂ ਉਹ ਬੰਦਾ ਕੱਢ ਕਰੇ ਜਿਹੜਾ ਤੇ ਕਾਮੀ ਅਲੜੀ ਰੋਣ ਨਹੀਂ ਆਉਂਦਾ ਪੁੱਛਦੀ ਹੈ ਕਹਿੰਦਾ ਕੰਮ ਹੈ ਸਯਾਦਾ ਦੇ ਕੰਮ ਤੇ ਗਏ ਤੂੰ ਕੰਮ ਮੇ ਗਏ ਰੋਕ ਪੈ ਦੇ ਜ਼ਹਰਾ ਦਾ ਜਾਇਆ ਉਹ ਜ਼ਹਰਾ ਦਾ ਜਾਇਆ ਉਹ ਅੱਲਾ ਵਸਾਇਆ ਅਕਬਰ ਦੇ ਸੀਨੇ ਤੋਂ ਜ਼ਹਰਾ ਦਾ ਜਾਇਆ ਬਾਤਾਂ ਮੈਂ ਇਹ ਤੁਹਾਡੇ ਸਾਹਮਣੇ ਅਜ਼ਾਦਾਰ